ਆ ਤੁਹਾਡੇ ਸਾਹਮਣੇ ਚਾਕੀਆਂ ਖੜੀਆਂ ਨੇ, ਇਹਦੇ ਚ ਕੁਛ ਗਲਤ ਲਿਖਿਆ ਹੋਇਆ, ਇਹਦੇ ਚ ਕੁਛ ਗਲਤ ਕਿਹਾ ਹੋਇਆ, ਇੱਕ ਵਾਰ ਦੱਸ ਦੋ ਤੇ ਸਾਨੂੰ ਕੱਢ ਕੇ ਜਾਤੀਆਂ ਦੇ ਦਿਵਸ ਕਿਵੇਂ ਮਨਾ ਲਓਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ, ਫਿਰ ਕਹਿੰਦੇ ਨੇ ਭਗਵੰਤ ਮਾਨ ਬੋਲਦਾ, ਬੋਲੂਗਾ ਨੀ ਮੈਂ? ਮੁੱਖ ਮੰਤਰੀ ਭਗਵੰਤ ਮਾਨ ਮੋਦੀ ਸਰਕਾਰ ਤੇ ਖਾਸੇ ਔਖੇ ਨੇ, ਖਾਸ ਕਰਕੇ ਮਸਲਾ ਚਾਕੀ ਦਾ, ਇਸ ਲਈ ਮਾਨ ਸਰਕਾਰ ਲਗਾਤਾਰ ਮੋਦੀ ਸਰਕਾਰ ਤੇ ਵਰ ਰਹੀ ਹੈ। ਤੇ ਜਦੋਂ ਲੁਧਿਆਣਾ ਦੇ ਵਿੱਚ ਤਕਰੀਰ ਕਰ ਰਹੇ ਸਨ ਮੁੱਖ ਮੰਤਰੀ ਭਗਵੰਤ ਮਾਨ, ਤਾਂ ਉਦੋਂ ਉਹਨਾਂ ਨੇ ਸਖ਼ਤ ਲਹਿਜ਼ੇ ਦੇ ਵਿੱਚ ਮੋਦੀ ਸਰਕਾਰ ਨੂੰ ਘੇਰਿਆ ਤੇ ਨਾਲ ਹੀ ਪੰਜਾਬੀਆਂ ਨੂੰ ਵੀ ਸਵਾਲ ਪੁੱਛਿਆ ਕਿ ਦੇਖੋ ਇਹ ਚਾਕੀਆਂ ਤੇ ਦੱਸੋ ਇਹਨਾਂ ਦੇ ਵਿੱਚ ਕੀ ਗਲਤ ਹੈ। ਇਹ ਹੈ ਪੰਜਾਬ ਦੀ ਚਾਕੀ ਜਿਸ ਨੂੰ ਦਿੱਲੀ ਦੇ ਵਿੱਚ ਪਰੇਡ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਸੀ ਮਿਲੀ, ਇਸ ਲਈ ਲੁਧਿਆਣਾ ਦੇ ਵਿੱਚ ਚਾਕੀ ਕੱਢੀ ਗਈ ਅਤੇ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਯਾਨੀ ਕਿ ਐਕਸ ਪੋਸਟ ਪਾ ਕੇ ਪੰਜਾਬ ਤੋਂ ਪੁੱਛਿਆ ਕਿ ਦੱਸੋ ਇਸ ਦੇ ਵਿੱਚ ਕੀ ਗਲਤ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, ਅੱਜ ਲੁਧਿਆਣਾ ਵਿਖੇ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ ਅਸੀਂ ਕੇਂਦਰ ਵੱਲੋਂ ਖਾਰਜ ਕੀਤੀਆਂ ਚਾਕੀਆਂ ਲੋਕਾਂ ਨੂੰ ਦਿਖਾਈਆਂ। ਅੱਜ ਪੂਰੀ ਦੁਨੀਆਂ 'ਚ ਵਸਦੇ ਪੰਜਾਬੀ ਇਹ ਚਾਕੀਆਂ ਵੇਖ ਰਹੇ ਨੇ, ਤੁਸੀਂ ਵੀ ਵੇਖੋ ਤੇ ਦੱਸੋ ਇਹਨਾਂ 'ਚ ਕੀ ਗਲਤ ਹੈ। ਦੁੱਖ ਦੀ ਗੱਲ ਹੈ, ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਨਹੀਂ ਜੀ ਪੰਜਾਬ ਦੀ ਝਾਕੀ ਨਹੀਂ ਆਊਗੀ, ਆਹ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ, ਇਹਦੇ 'ਚ ਕੁਛ ਗਲਤ ਲਿਖਿਆ ਹੋਇਆ, ਇਹਦੇ 'ਚ ਕੁਛ ਗਲਤ ਕਿਹਾ ਹੋਇਆ, ਇੱਕ ਵਾਰ ਦੱਸ ਦਿਓ। ਆਹ ਝਾਕੀਆਂ ਨੇ, ਉਹ ਫੁਲਕਾਰੀ ਕੱਢਦੀ ਕੁੜੀ ਹੈ, ਉਹ ਜਲਿਆਂ ਵਾਲੇ ਬਾਗ ਹੈ, ਉਹ ਭਗਤ ਸਿੰਘ ਕਰਤਾਰ ਸਰਾਭੇ ਨੇ, ਉਹ ਗਦਰੀ ਬਾਬੇ ਨੇ, ਤੇ ਸਾਨੂੰ ਕੱਢ ਕੇ ਆਜ਼ਾਦੀਆਂ ਦੇ ਦਿਵਸ ਕਿਵੇਂ ਮਨਾ ਲਓਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ, ਫਿਰ ਕਹਿੰਦੇ ਨੇ ਭਗਵੰਤ ਮਾਨ ਬੋਲਦਾ, ਬੋਲੂਗਾ ਨੀ ਮੈਂ? ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉੱਥੇ ਮੈਂ ਬੋਲੂਗਾ, ਕੋਈ ਗੱਲ ਨੀ। ਸਾਡੇ ਭਗਤ ਸਿੰਘਾਂ, ਸਾਡੇ ਕਰਤਾਰ ਸਰਾਭਿਆਂ, ਸਾਡੇ ਰਾਜਗੁਰੂ ਸੁਖਦੇਵਾਂ, ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕੱਟਣੀ। ਪਰ ਜੇ ਅੱਜ 26 ਜਨਵਰੀ ਚ ਆ ਝਾਕੀਆਂ ਪਾ ਲੈਂਦੇ, ਤੁਹਾਡੀ 26 ਜਨਵਰੀ ਦੀ ਇੱਜ਼ਤ ਵੱਧ ਜਾਣੀ ਸੀ, ਸਾਡੀ ਨਹੀਂ ਕੱਟਣੀ। ਦਰਅਸਲ ਲਗਾਤਾਰ ਦੂਜੀ ਵਾਰ ਪੰਜਾਬ ਦੀ ਝਾਕੀ ਰਿਜੈਕਟ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਖੂਬ ਗਰਮਾਈ। ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਤੋਂ ਵੀ ਸਵਾਲ ਕੀਤਾ ਸੀ, ਕਿਹਾ ਗਿਆ ਕਿ ਜਾਖੜ ਸਾਹਿਬ ਆ ਕੇ ਦੇਖੋ ਪੰਜਾਬ ਦੀ ਗਣਤੰਤਰ ਦਿਵਸ ਵਾਲੀ ਅਸਲੀ ਝਾਕੀ, ਇਹ ਉਹੀ ਚਾਕੀ ਹੈ ਜੋ ਕੇਂਦਰ 'ਚ ਬੈਠੀ ਤੁਹਾਡੀ ਪਾਰਟੀ ਦੀ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਿਲ ਕਰਨ ਤੋਂ ਨਕਾਰ ਦਿੱਤੀ ਸੀ। ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀਆਂ ਜੋ ਫੋਟੋਆਂ ਤੁਸੀਂ ਕਹਿੰਦੇ ਸੀ ਕਿ ਪੰਜਾਬ ਦੀ ਚਾਕੀ ਤੇ ਨੇ, ਉਹ ਕਿੱਥੇ ਨੇ? ਪੰਜਾਬ ਨਾਲ ਕੇਂਦਰ ਦੇ ਇਸ ਵਿਤਕਰੇ ਤੇ ਤੁਸੀਂ ਚੁੱਪ ਕਿਉਂ ਹੋ? ਪੰਜਾਬ ਨਾਲ ਹੋ ਰਹੇ ਇਸ ਵਿਤਕਰੇ ਤੇ ਕੀ ਤੁਸੀਂ ਕੇਂਦਰ 'ਚ ਤੁਹਾਡੀ ਆਪਣੀ ਪਾਰਟੀ ਨੂੰ ਸਵਾਲ ਕਰੋਗੇ ਜਾਂ ਨਹੀਂ? ਇਹ ਸਵਾਲ ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਨੂੰ ਕੀਤਾ, ਕਿਉਂਕਿ ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਦੀ ਚਾਕੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਹੈ, ਇਸੇ ਲਈ ਉਹ ਰੱਦ ਕਰ ਦਿੱਤੀ ਗਈ ਅਤੇ ਹੁਣ ਲੁਧਿਆਣਾ ਦੇ ਵਿੱਚ ਜੋ ਸਮਾਗਮ ਹੋਇਆ ਉਸ ਦੇ ਵਿੱਚ ਇਹ ਚਾਕੀ ਕੱਢੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਕਿਹਾ ਕਿ ਦੇਖੋ ਅਤੇ ਦੱਸੋ ਕੀ ਗਲਤ ਹੈ ਤੇ ਨਾਲ ਹੀ ਜਾਖੜ ਨੂੰ ਵੀ ਸਵਾਲ ਹੋਇਆ।